ਸੋ ਗਾਇਜ਼ ਆਪਾਂ ਅੱਜ ਬਣਾਉਣ ਲੱਗੇ ਸਮੋਸੇ, ਬ੍ਰੈਡ ਪਕੌੜੇ ਤੇ ਪਨੀਰ ਦੇ ਪਕੌੜੇ। ਆਈਡੀਆ ਕਿੱਥੋਂ ਆਇਆ ਤੁਸੀਂ ਦੇਖ ਸਕਦੇ, ਇੰਨਾ ਤਾਂ ਕਮੈਂਟ ਆਇਆ ਸੀ। ਘਰ ਦੇ ਵੀ ਕਹਿਣ ਕੀ ਬਣਾਤਾ, ਬਹਿਆ ਬਹਿਆ ਕਰਾਤੀ ਆ। ਇਹਨੂੰ ਮੈਂ ਚੰਗੀ ਤਰ੍ਹਾਂ ਲੋਟਪੋਟ ਕਰ ਤੇ ਖਾ ਕੇ ਦੇਖਦੇ ਕਿੱਦਾਂ ਦੇ ਬਣਿਆ। ਗਾਇਜ਼ ਆਪਾਂ ਆਪਣਾ ਪਹਿਲਾ ਪਨੀਰ ਦਾ ਪਕੌੜਾ ਟੇਸਟ ਕਰ ਲੱਗੇ, ਜੋ ਕਿ ਮੈਂ ਹੁਣੇ ਹੁਣੇ ਫਰਾਈ ਕੀਤਾ ਸੀ। ਇਹਦੇ ਸਮੋਸੇ ਬਣ ਰਹੇ ਆ, ਇੱਥੇ ਚਾਹ ਬਣ ਰਹੀ ਆ, ਪਨੀਰ ਦੇ ਪਕੌੜੇ ਤੇ ਬ੍ਰੈਡ ਦੇ ਪਕੌੜੇ ਰੈਡੀ ਹੋ ਚੁੱਕੇ। ਬਹੁਤ ਟੇਸਟੀ, ਅਲਟੀਮੇਟ ਬੁਬੂ। ਓਕੇ ਭਾਬੀ, ਬੈਸਟ ਪਤੀ ਇਨ ਦ ਵਰਲਡ। ਆਰੇ ਵਾਹ। ਸਮੋਸੇ, ਬ੍ਰੈਡ ਪਕੌੜੇ ਤੇ ਪਨੀਰ ਦੇ ਪਕੌੜੇ। ਸੋ ਤੁਹਾਨੂੰ ਰੈਸਪੀ ਦੱਸਦੇ ਆ, ਬਾਕੀ ਤੁਸੀਂ ਦੇਖ ਸਕਦੇ ਹੋ ਸਮਾਨ ਇੱਥੇ ਹੈਗੀ। ਚਿੱਲੀ ਸੋਸ ਮਤਲਬ ਆਪਾਂ ਮਿਰਚਾਂ ਨੂੰ ਗ੍ਰਾਇੰਡ ਕੀਤਾ ਸੀ, ਮਟਰ, ਮੈਦਾ, ਪਨੀਰ, ਲਾਲ ਮਿਰਚ, ਹਲਦੀ, ਬੇਕਿੰਗ ਪਾਊਡਰ, ਗਰਮ ਮਸਾਲਾ, ਦਹੀਂ, ਬ੍ਰੈਡ, ਨਮਕ, ਲਾਲ ਮਿਰਚ, ਲਸਣ ਤੇ ਅਦਰਕ। ਸੋ ਇਹ ਸਭ ਸਮਾਨ ਆ। ਸੋ ਜਿੱਦਾਂ ਜਿੱਦਾਂ ਹੁਣ ਅੱਗੇ ਅੱਗੇ ਪ੍ਰੋਸੈਸ ਹੁੰਦਾ। ਸੋ ਇਹ ਚੀਜ਼ ਬਣਾਉਣ ਦਾ ਸਾਡੇ ਦਿਮਾਗ 'ਚ ਆਈਡੀਆ ਕਿੱਥੋਂ ਆਇਆ ਤੁਸੀਂ ਦੇਖ ਸਕਦੇ ਹੋ, ਇੰਨਾ ਤਾਂ ਕਮੈਂਟ ਆਇਆ ਸੀ ਕਿ ਭਾਜੀ ਇਹ ਸਭ ਬਣਾਓ ਲੋੜ ਅਨੁਸਾਰ ਜੀ। ਇਸ ਕਰਕੇ ਮੈਂ ਬਣਾ ਲੱਗਾ। ਫਟਾਫਟ ਤੁਸੀਂ ਕਰ ਦਿਓ ਵੀਡੀਓ ਲਾਈਕ, ਕਮੈਂਟ, ਸ਼ੇਅਰ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਚਲੋ ਤੁਸੀਂ ਸ਼ੁਰੂ। ਸੋ ਗਾਈਸ, ਹੁਣ ਮੈਂ ਤੇ ਮੁਕੇਸ਼ ਭਾਈ ਇਹਨਾਂ ਕੰਮ ਵੰਡ ਲਿਆ। ਮੁਕੇਸ਼ ਭਾਈ ਕਰਨ ਲੱਗੇ ਇੱਥੇ ਸਮੋਸਿਆਂ ਦਾ ਕੰਮ ਤੇ ਇੱਥੇ ਬਣਾਉਣ ਲੱਗਾ ਮੈਂ ਪਨੀਰ ਦੇ ਪਕੌੜੇ। ਇਹ 'ਚ ਮੈਂ ਹੁਣ ਪਾਵਾਂਗਾ ਬੇਸਣ, ਤੁਸੀਂ ਦੇਖ ਸਕਦੇ ਹੋ ਬੇਸਣ ਨੂੰ ਆਪਾਂ ਇੱਦਾਂ ਪਾ ਦੇਣਾ ਪਹਿਲਾਂ ਇਹਦੇ ਵਿੱਚ, ਠੀਕ ਹੈ ਭਾਈ। ਲਾਲ ਮਿਰਚਾਂ ਕੱਟੀ ਦੀਆਂ, ਅਸੀਂ ਪਾ ਦਿੰਦਾ ਬੈਟਰੀ ਪਾ ਦਿੰਦਾ ਹਨਾ, ਲਸਣ ਵੀ ਪਿਆ ਉੱਥੇ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕੀ ਕਰਨਾ। ਸਮੋਸੇ ਵਿੱਚ ਪਹਿਲਾਂ ਤੁਸੀਂ ਪਾਉਣਾ ਮੈਦਾ, ਮੈਦੇ ਤੋਂ ਪਾਣੀ ਥੋੜੀ ਜਿਹੀ ਕਲੌਂਜੀ ਤੇ ਥੋੜੀ ਪਾਣੀ ਜਵੈਣ ਤੇ ਉਹਦੇ ਉੱਤੇ ਪਾਉਣਾ ਸਵਾਦ ਅਨੁਸਾਰ ਨਮਕ। ਇਹਨੂੰ ਭਾਈ ਗੁੰਨਣਾ, ਗੁੰਨਣਾ ਕਿਹੜੇ ਹਿਸਾਬ ਨਾਲ? ਕਦੇ ਵੀ ਸਮੋਸੇ ਦਾ ਗੁੰਨਣਾ ਨਾ ਪਹਿਲਾਂ। ਮੁਕੇਸ਼ ਭਾਈ ਨੇ ਪਾਤਾ ਵਿੱਚ ਤੇਲ ਰਿਫਾਈਨ ਥੋੜਾ ਜਿਹਾ, ਠੀਕ ਹੈ। ਕਿਹੜਾ ਥੋੜਾ ਹੋਏ, ਕਿਹੜਾ ਥੋੜਾ ਥੋੜਾ ਹੀ ਆ ਮਤਲਬ ਚੰਗੀ ਤਰ੍ਹਾਂ ਹੁੰਦਾ ਨਾ, ਜਿੱਦਾਂ ਭਟੂਰੇ ਵੀ ਆਪਾਂ ਭਟੂਰੇ ਵੀ ਬਾਹਰ ਖਾਂਦੇ ਨਾ, ਹਾਂਜੀ, ਜਦੋਂ ਉਹਦਾ ਮੈਦਾ ਗੁੰਦੇ ਜਾਂ ਉਹਦੇ 'ਚ ਡਾਲਡਾ ਪਾਉਂਦੇ ਆ, ਠੀਕ ਹੈ, ਜਾਂ ਰਿਫਾਈਨ ਜਾਂ ਫਿਰ ਘਿਓ ਪਾਉਂਦੇ ਆ, ਠੀਕ ਹੈ, ਠੀਕ ਹੈ, ਪਰ ਜ਼ਿਆਦਾਤਰ ਵਧੀਆ ਰਿਫਾਈਨ ਪਾ ਕੇ ਹੀ ਹੁੰਦਾ, ਠੀਕ ਹੈ, ਠੀਕ ਹੈ। ਸੋ ਮੁਕੇਸ਼ ਭਾਈ ਹੁਣ ਇਹਨੂੰ ਗੁੰਨਣ ਲੱਗੇ, ਮੈਂ ਤੁਹਾਨੂੰ ਦੱਸਦਾ ਕਿ ਇਹ 'ਚ ਕੀ ਕਹਿੰਦਾ। ਇਹ 'ਚ ਆਪਾਂ ਬੇਸਣ ਪਾਤਾ ਪਹਿਲਾਂ, ਉਸ ਤੋਂ ਬਾਅਦ ਤੁਸੀਂ ਪਾਉਣਾ ਪਾਉਣਾ ਮਿਰਚਾਂ, ਠੀਕ ਹੈ, ਚਮਚ ਕਿੱਥੇ ਆ, ਤੇ ਇਹ 'ਚ ਬੇਸਣ ਪਾਉਣਾ। ਬੇਸਣ ਥੋੜ੍ਹਾ ਹੋਰ ਪਾ ਲੈਂਦੇ ਕਿਉਂਕਿ ਬਾਅਦ 'ਚ ਬ੍ਰੈਡ ਪਕੌੜਿਆਂ ਦਾ ਵੀ ਕਰਨਾ ਨਾ ਸੀਨ, ਅਤੇ ਬੇਸਣ ਪਾਉਣ ਤੋਂ ਬਾਅਦ ਇਹਨਾਂ ਦਾ ਮਿਕਸ ਕਰ ਦੇਣਾ ਹਲਕਾ ਜਿਹਾ। ਇਹ 'ਚ ਤੁਸੀਂ ਪਾਉਣਾ ਮਿਰਚ ਵਾਲਾ ਪੇਸਟ, ਤੁਸੀਂ ਮਿਰਚ ਕੱਟ ਕੇ ਵੀ ਪਾ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਵੀ ਪਾਉਣਾ ਲਸਣ ਹੈ, ਲਸਣ ਵੀ ਆਪਾਂ ਗ੍ਰਾਇੰਡ ਕੀਤਾ ਪਿਆ ਉਹ ਵੀ ਪਾ ਸਕਦੇ ਹੋ ਇਹ 'ਚ ਹਲਕਾ ਜਿਹਾ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਇਹ 'ਚ ਪਾਉਣਾ ਭਾਈ ਲਾਲ ਲਾਲ ਚਿੱਲੀ, ਭਾਈ ਤੁਸੀਂ ਗੁੰਨੋ ਆਪਣਾ ਆਰਾਮ ਨਾਲ ਗੁੰਨੋ, ਕੋਈ ਤੁਹਾਨੂੰ ਦਿੱਕਤ ਨਹੀਂ ਆਉਣੀ ਚਾਹੀਦੀ ਗੁੰਨਣ 'ਚ। ਮੰਮੀ ਵੀ ਆ ਚੁੱਕੇ ਆ ਜੀ, ਗਾਇਸ ਮੰਮੀ ਆ ਚੁੱਕੇ, ਮੰਮੀ ਦਾ ਵੈਲਕਮ ਹੈ। ਮੰਮੀ ਅੱਜ ਬਣਾਉਣ ਦੇ ਰਹੇ ਆ ਸਮੋਸੇ, ਪਨੀਰ ਦੇ ਪਕੌੜੇ ਤੇ ਬ੍ਰੈਡ ਪਕੌੜੇ। ਟੇਸਟੀ ਬਣੂਗਾ, ਚਿੰਤਾ ਨਾ ਕਰੋ। ਇਹ ਅੱਧਾ ਘੰਟਾ ਸਾਥ ਦਿਆ, ਰੋਟੀ ਪਾਤੀ ਹੈ ਦੋਨਾਂ ਨੂੰ, ਹਾਂਜੀ। ਸੋ ਮੁਕੇਸ਼ ਭਾਈ ਹੁਣ ਇੱਥੇ ਗੁੰਦੇ ਪਏ ਆ, ਮੈਂ ਤੁਹਾਨੂੰ ਅੱਗੇ ਦੱਸਦਾ। ਮੈਂ ਇੱਕ ਵਾਰ ਨਾ ਇਹ ਸਮਾਨ ਸਾਰਾ ਪਾਤਾ, ਫਿਰ ਮੈਂ ਤੁਹਾਨੂੰ ਦੱਸਦਾ, ਠੀਕ ਹੈ, ਕਿਉਂ ਇੱਕ ਖਾਤਰ ਮੈਂ ਸ਼ੂਟ ਕਰਦਾ ਵੇਖਣਾ ਸਮਾਨ ਬਾਰੇ, ਮੈਨੂੰ ਦਿੱਕਤ ਹੋਣੀ ਹੈ। ਮੈਂ ਪਹਿਲਾਂ ਸਮਾਨ ਪਾਤਾ, ਫਿਰ ਮੈਂ ਤੁਹਾਨੂੰ ਦੱਸਦਾ ਕੀ ਕੀ ਪਾਇਆ ਸੀ। ਸੋ ਗਾਇਜ਼ ਇਹ 'ਚ ਹੁਣ ਮੈਂ ਪਾਇਆ ਨਮਕ, ਗਰਮ ਮਸਾਲਾ, ਹਲਦੀ ਤੇ ਲਾਲ ਮਿਰਚ, ਠੀਕ ਹੈ, ਇਹ ਤੋਂ ਇਹਦੇ ਤੋਂ ਲਸਣ ਦਾ ਪੇਸਟ ਹੈ ਤੇ ਗ੍ਰੀਨ ਚਿੱਲੀ ਦਾ। ਸੋ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ, ਮਿਕਸ ਕਰਨ ਲਈ ਫੜ ਲਿਆ, ਫਿਰ ਟਾਈਮ ਲੈਪ ਦੇਖੋ, ਮੈਂ ਫਿਰ ਤੁਹਾਨੂੰ ਮਿਲਦਾ। ਸੋ
ਮੈਂ ਬੈਟਰ ਕੁਛ ਇੱਦਾਂ ਤੋਂ ਹੁਣ ਤੁਸੀਂ ਪੁੱਛੋ ਕਿ ਮੈਂ ਉੱਤੇ ਵਾਈਟ ਵਾਈਟ ਕੀ ਪਾਇਆ ਤਾ ਉੱਤੇ ਵਾਈਟ ਵਾਈਟ ਮੈਂ ਪਾਇਆ ਬੇਕਿੰਗ ਪਾਊਡਰ ਸੋ ਬੇਕਿੰਗ ਪਾਊਡਰ ਨੂੰ ਤੁਸੀਂ ਇੱਥੇ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰਨਾ ਚੰਗੀ ਤਰ੍ਹਾਂ ਇੱਕਦਮ ਫਿਰ ਮੁਕੇਸ਼ ਭਾਈ ਨੇ ਇੱਥੇ ਪਾ ਦੇਣਾ ਆਪਣੇ ਹੱਥ ਨਾਲ ਧਨੀਆ ਭਾਈ ਉਹ ਯਾਰ ਸੋਰੀ ਮੈਂ ਤਿੰਨ ਵਾਰੀ ਮੂੰਹ ਚੋਂ ਪੁਦੀਨਾ ਨਿਕਲਿਆ ਅੱਜ ਬਣਾ ਧਨੀਆ ਠੀਕ ਹੈ ਇਹਨਾਂ ਬਾਹਰ ਸਾਡੇ ਕਿੰਨਾ ਲੱਗਾ ਹੋਇਆ ਸਾਡੇ ਗਾਰਡਨ 'ਚ ਦੇਖੋ ਨਾ ਨਾ ਮੈਂ ਤੋ ਇਹਨੂੰ ਇੱਦਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦਾ ਹਲਾਂਗੇ ਨਾ ਚੰਗੀ ਤਰ੍ਹਾਂ ਮਜ਼ਾ ਆਉਣਾ ਚਾਹੀਦਾ ਗਾਰਡਨ ਦੀ ਖੋਗੇ ਨਾ ਘਰ ਦੇ ਵੀ ਕਹਿਣਗੇ ਕੀ ਬਣਾਤਾ ਬਹਿਆ ਬਹਿਆ ਕਰਾਤੀ ਹੈ ਤੋ ਮਿਕਸ ਕਰ ਦੇਣਾ ਇਹਨੂੰ ਉਸ ਤੋਂ ਬਾਅਦ ਇਹਨੂੰ ਰੱਖ ਦਿਓ ਸਾਈਡ 'ਤੇ ਠੀਕ ਹੈ ਨਾ 5-7 ਮਿੰਟ ਰੈਸਟ ਦੇ ਦਿਓ ਬਾਕੀ ਜਿਹੜਾ ਇਹ ਤੁਸੀਂ ਦੇਖ ਸਕਦੇ ਇਹ ਜਿਹੜਾ ਭਾਈ ਨੇ ਆਟਾ ਗੁੰਨਿਆ ਸੀ ਭਾਈ ਇਹਨੂੰ ਖੋਲੋ ਯਾਰ ਇੱਕ ਮਿੰਟ ਭਾਈ ਨੇ ਜਿਹੜਾ ਆਟਾ ਗੁੰਨਿਆ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਹੁਣ ਦੇਣੀ ਆਪਾਂ ਜ਼ਿਆਦਾ ਨਹੀਂ ਤੇ 10-15 ਮਿੰਟ ਰੈਸਟ ਆਰਾਮ ਨਾਲ ਠੀਕ ਹੈ ਇਹਨੂੰ ਢੱਕ ਦਿਓ ਭਾਜੀ ਤੋ ਹੁਣ ਇਹ ਵੀ ਤਿਆਰ ਹੈ ਪਨੀਰ ਨੂੰ ਬਸ ਕੁਛ ਨਹੀਂ ਕਰਨਾ ਇਹ 'ਚ ਡੋਬਣਾ ਅਤੇ ਫਰਾਈ ਕਰਨਾ ਭਾਈ ਇੱਕ ਪਨੀਰ ਦਾ ਪਕੌੜਾ ਬਣਾ ਖਵਾਈ ਖਾਈਏ ਪਨੀਰ ਟੇਸਟ ਕਰਦੇ ਹਾਂ ਤੇਲ ਗਰਮ ਕਰੋ ਫਟਾਫਟ ਇੱਕ ਪਨੀਰ ਦਾ ਪਕੌੜਾ ਬਣਾ ਕੇ ਅੰਦਰ ਆਪਾਂ ਖਾਂਦੇ ਹਾਂ ਬਸ ਹੁਣ ਤੁਹਾਨੂੰ ਇੱਕ ਚੀਜ਼ ਦੱਸਣ ਲੱਗਾ ਤੇ ਬੜੇ ਧਿਆਨ ਨਾਲ ਗੌਰ ਨਾਲ ਦੇਖਿਓ ਠੀਕ ਹੈ ਹੁਣ ਚੰਮੇ ਫੜੋ ਠੀਕ ਹੈ ਚੰਮੇ ਨੂੰ ਪਹਿਲਾਂ ਧੋ ਲਓ ਕਿਉਂਕਿ ਇੱਥੇ ਲਾਲ ਮਿਰਚ ਲੱਗੀ ਹੈ ਜਿਹੜਾ ਬੈਟਰ ਹੈਗਾ ਅੱਗੇ ਤਿੱਖਾ ਬਿਕੋ ਮੈਨੂੰ ਤਿੱਖਾ ਪਸੰਦ ਘਰ ਦੇ ਤਿੱਖਾ ਨਹੀਂ ਪਸੰਦ ਹੈ ਨਾ ਅਤੇ ਇੱਥੇ ਪਾਉਣਾ ਲਸਣ ਅਦਰਕ ਦਾ ਪੇਸਟ ਠੀਕ ਹੈ 2 ਚਮਚ ਪਾਤਾ ਥੋੜ੍ਹਾ ਜਿਹਾ ਹੋਰ ਲਿਆਉਂਦੇ ਹਾਂ ਪੇਸਟ ਪਾਤਾ ਪੇਸਟ ਪਾਉਣ ਤੋਂ ਬਾਅਦ ਅੱਛ ਭਾਈ ਖੋਲਿਓ ਪਲੀਜ਼ ਡੱਬੀ ਤੁਸੀਂ ਤੇਲ ਪਾਉਣ ਦਿਓ ਖੋਲੋ ਖੋਲੋ ਯਾਰ ਗੱਲ ਪਤਾ ਕੀ ਹੈ ਯਾਰ ਮੇਰੇ ਘਰ ਦੇ ਨਾ ਗਾਇਬ ਹੋਏ ਪਏ ਮੈਂ ਸਾਰੇ ਅੰਦਰ ਬੈਠੇ ਤੇ ਮੈਨੂੰ ਤੇ ਮੁਕੇਸ਼ ਭਾਈ ਨੂੰ ਨਾ ਇੱਕ ਆਪਾਂ ਸ਼ੂਟ ਵੀ ਕਰਨਾ ਇੱਕ ਬੰਦਾ ਆਪਣਾ ਕੰਮ ਕਰ ਰਿਹਾ ਮੈਂ ਸ਼ੂਟ ਵੀ ਕਰ ਰਿਹਾ ਨਾਲੋਂ ਆਪਾਂ ਪੈ ਜਾਂਦਾ ਅੱਛ ਥੋੜ੍ਹੀ ਪਾਣੀ ਦੇਗੀ ਮਿਰਚ ਠੀਕ ਹੈ ਜਿੰਨਾ ਰੰਗਤ ਆ ਜੇ ਠੀਕ ਹੈ ਅਤੇ ਅੱਛ ਪਾਉਣਾ ਗਰਮ ਮਸਾਲਾ ਗਰਮ ਮਸਾਲਾ ਖੋਲ ਗਰਮ ਮਸਾਲਾ ਠੀਕ ਹੈ ਗਰਮ ਮਸਾਲਾ ਪਾਉਣ ਤੋਂ ਬਾਅਦ ਇੱਥੇ ਹੁਣ ਪਾਉਣਾ ਆਪਾਂ ਨਮਕ ਨਮਕ ਯਾਰ ਆਦ ਅਨੁਸਾਰ ਕੋਈ ਚੱਕਰ ਨਹੀਂ ਠੀਕ ਹੈ ਨਮਕ ਪਾਤਾ ਇਹਨਾਂ ਅੱਛਾ ਛੱਡ ਦਿਓ ਤੂੰ ਮੈਨੂੰ ਮੈਰੀਨੇਟ ਕਰ ਲਾ ਫਿਰ ਤੁਹਾਨੂੰ ਮਿਲਦਾ ਸੋ ਗਾਇਸ ਹੁਣ ਨਾ ਜਿਹੜਾ ਆਪਾਂ ਬਣਾਇਆ ਸੀ ਨਾ ਇਹਨੂੰ ਪਨੀਰ ਦੇ ਤੋਂ ਤੁਸੀਂ ਅੱਧਾ ਪਾ ਕੇ ਨਾ ਇਹਨੂੰ ਆਪਣੇ ਹੱਥਾਂ ਨਾਲ ਮਿਕਸ ਕਰ ਲਿਓ ਭਾਵੇਂ ਚਮਚ ਨਾਲ ਮਿਕਸ ਕਰ ਲਿਓ ਇਹਨੂੰ ਚੰਗੀ ਤਰ੍ਹਾਂ ਉੱਤੇ ਰਬ ਕਰਕੇ ਨਾ ਕਿਉਂਕਿ ਜਿਹੜਾ ਸਵਾਦ ਹੈਗਾ ਨਾ ਪਨੀਰ ਦੇ ਅੰਦਰੋਂ ਵੀ ਆਉਣਾ ਚਾਹੀਦਾ ਇਹ ਨਹੀਂ ਇਕੱਲਾ ਬੇਸਨ ਦਾ ਸਵਾਦ ਤੁਹਾਨੂੰ ਹੋਏ ਤੁਹਾਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦਾ ਅਗਲੇ ਤੇ ਪਿਛਲੇ ਪਾਸੇ ਠੀਕ ਹੈ ਤੂੰ ਮੈਨੂੰ ਫਟਾਫਟ ਮਿਕਸ ਕਰਦਾ ਤੇਰੀ ਟਾਈਮ ਲੈ ਦੇਖੋ ਤੇ ਮੈਂ ਤੁਹਾਨੂੰ ਮਿਲਦਾ ਸੋ ਗਾਇਸ ਮੇਰੇ ਪਨੀਰ ਪਕੌੜੇ ਦਾ ਸਮਾਨ ਰੈਡੀ ਹੋ ਚੁੱਕੇ ਤੇ ਦੇਖ ਸਕਦੇ ਹੋ ਇਹਨੂੰ ਮੈਂ ਚੰਗੀ ਤਰ੍ਹਾਂ ਲੋਟ ਪੋਟ ਕਰਤਾ ਹੁਣ ਆਪਾਂ ਇਹਨੂੰ ਪਾਉਣਾ ਇਹਦੇ ਅੰਦਰ ਤੇ ਇੱਧਰੋਂ ਚੱਕ ਕੇ ਪਾਉਣਾ ਤੇਲ ਦੇ ਅੰਦਰ ਸੋ ਮੁਕੇਸ਼ ਭਾਈ ਨੇ ਇੱਥੇ ਅੰਦਰ ਸਮੋਸੇ ਦਾ ਵੀ ਸਮਾਨ ਤਿਆਰ ਕਰਤਾ ਭਾਈ ਤੁਸੀਂ ਸਮੋਸੇ ਦੇ ਅੰਦਰ ਕੀ ਕੀ ਪਾਇਆ ਧਿਆਨ ਨਾਲ ਹੌਲੀ ਹੌਲੀ ਬੋਲੋ ਸਭ ਤੋਂ ਮੇਨ ਭਾਈ ਜੀਰਾ ਧਨੀਆ ਉਸ ਤੋਂ ਬਾਅਦ ਆਪਾਂ ਭਾਈ ਥੋੜੀ ਕਲੋਜੀ ਜਵੈਣ ਠੀਕ ਹੈ ਪਹਿਲਾਂ ਜਵੈਣ ਹੋਰ ਫਿਰ ਉਸ ਤੋਂ ਬਾਅਦ ਆਪਾਂ ਸਿੱਟੇ ਮਟਰ ਮਤਲਬ ਜਿਹੜਾ ਤੇਲ ਸੱਟ ਗਿਆ ਨਾ ਉਹਦੇ ਵਿੱਚ ਇਹ ਸਾਰਾ ਸਮਾਨ ਸਾਡੇ ਕੁਝ ਸੱਟਦੇ ਮਟਰ ਉਹਦੇ ਉੱਤੇ ਸੱਟੇ ਆਪਾਂ ਆਲੂ ਠੀਕ ਹੈ ਫਿਰ ਉਸ ਤੋਂ ਬਾਅਦ 1 ਚਮਚ ਡੇਗੀ ਮਿਰਚ 1 ਚਮਚ ਗਰਮ ਮਸਾਲਾ 1 ਚਮਚ ਕਿਚਨ ਕਿੰਗ ਤੇ ਉਸ ਤੋਂ ਬਾਅਦ 1/2 ਚਮਚ ਕਾਲਾ ਨਮਕ ਤੁਹਾਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਯਾਰ ਕਿਆ ਟੇਸਟ ਆਣੇ ਮੈਂ ਉਹਨੇ ਟੇਸਟ ਕੀਤੇ ਬਹੁਤ ਹੀ ਪਿਆਰਾ ਟੇਸਟ ਆਣ ਡਿਆ ਮੁਕੇਸ਼ ਭਾਈ ਇੱਥੇ ਥੋੜਾ ਜਿਹਾ ਪਨੀਰ ਵੀ ਪਾਉਣ ਲੱਗੇ ਤੇ ਮੇਰਾ ਵੀ ਪਨੀਰ ਰੈਡੀ ਹੋ ਚੁੱਕਿਆ ਤੇਲ ਗਰਮ ਹੁੰਦਾ ਫਿਰ ਮੈਨੂੰ ਫਰਾਈ ਕਰਦਾ ਖਾਣੇ ਦੇ ਕਿੱਦਾਂ ਦੇ ਬਣਿਆ ਸੋ ਬ੍ਰੈਡ ਪਕੌੜੇ ਆ ਤੇ ਬ੍ਰੈਡ ਵੀ ਇੱਥੇ ਪਿਆ ਬ੍ਰੈਡ ਦਾ ਵੀ ਸਮਾਨ ਪੱਕਣ ਲੱਗੇ ਰੈਡੀ ਸੋ ਅਗਰ ਤੁਹਾਨੂੰ ਸਮਝ ਆਣ ਡਿਆ ਤੇ ਵੈਲ ਐਂਡ ਗੁੱਡ ਨਹੀਂ ਸਮਝ ਆਣ ਡਿਆ ਤੇ ਯਾਰ ਧਿਆਨ ਨਾਲ ਸਮਝੋ ਧਿਆਨ ਨਾਲ ਦੇਖੋ ਵੀਡੀਓ ਜੋ ਮੈਂ ਬੋਲਦਾ ਮੈਂ ਉਹਨੂੰ ਸਮਝੋ ਤੇ ਫਟਾਫਟ ਟੇਸਟੀ ਟੇਸਟੀ ਸਮਾਨ ਬਣਾ ਕੇ ਆਪਣੇ ਘਰਦਿਆਂ ਨੂੰ ਖਵਾਓ ਸੋ ਗਾਇਸ ਆਪਾਂ ਆਪਣਾ ਪਹਿਲਾ ਪਨੀਰ ਦਾ ਪਕੌੜਾ ਟੇਸਟ ਕਰ ਲਗੇ ਜੋ ਕਿ ਮੈਂ ਹੁਣੇ ਹੁਣੇ ਫਰਾਈ ਕੀਤਾ ਸੀ ਸੋ ਮੁਕੇਸ਼ ਭਾਈ ਇਹਨੂੰ ਅੱਧੋ ਅੱਧ ਕੱਟੋ ਪਹਿਲਾਂ ਵਿੱਚੋਂ ਇੱਧਰ ਭਾਈ ਧੁੱਪੇ ਕੱਟਾ ਦੇ ਧੁੱਪੇ ਰੋਸ਼ਨੀ ਵਧੀਆ ਨੇ ਲਾਈਟਿੰਗ ਵਧੀਆ ਨਹੀਂ ਆਜੋ ਆਜੋ ਚਾਕੂ ਫੜ ਲਓ ਸੋ ਇਹਨੂੰ ਅੱਧੋ ਅੱਧ ਕੱਟਾਂਗੇ ਤੇ ਇਹਨੂੰ ਬਾਅਦ ਟੇਸਟ ਕਰਾਂਗੇ ਤੇ ਬਾਕੀ ਸਮਾਨ ਉੱਪਰ ਥੋੜੀ ਰੈਸਟ ਦਿੱਤੀ ਹੈ ਕਿ ਉਹ ਵਧੀਆ ਤਰੀਕੇ ਨਾਲ ਬਣੇ ਹਨਾ ਆਜੋ ਭਾਈ ਇਹਨੂੰ ਕੱਟੋ ਭਾਈ ਹੁਣ ਹੈਪੀ ਬਰਥਡੇ ਟੂ ਠੀਕ ਹੈ ਹੁਣ ਅੰਦਰੋਂ ਖੋਲ ਕੇ ਦਿਖਾਓ ਭਾਈ ਇਹਨੂੰ ਉਹ ਇੱਧਰ ਕਿੱਦਾਂ ਮਤਲਬ ਪੋਲਾ ਬਣਿਆ ਪੂਰਾ ਪੋਲਾ ਪਲੇਟ ਫੜੀ ਇੱਕ ਮਿੰਟ ਉਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਆਰਾਮ ਨਾਲ ਦੇਖੋ ਇਹ ਲੋ ਹੋਰ ਰੋਸ਼ਨੀ 'ਚ ਆ ਜਾਂਦਾ ਇਹ ਲੋ ਦੇਖੋ ਓਏ ਹੋਏ ਹੋਏ ਕਿਆ ਬਹਿਜਾ ਬਹਿਜਾ ਹੋਈ ਹੈ ਸੋ ਭਾਈ ਇਹਨੂੰ ਟੇਸਟ ਕਰਾਉ ਮੈਂ ਫਟਾਫਟ ਦੱਸੋ ਭਾਈ ਹਾਂ ਮਜ਼ੇਦਾਰ ਟੇਸਟ ਕਰੋ ਮੈਨੂੰ ਦੱਸੋ ਕਿੱਦਾਂ ਦਾ ਕੋਈ ਊਚ ਨੀਚ ਹੈਗੀ ਮੈਂ ਉੱਪਰ ਵਧਾਵਾ ਘਟਾਵਾ ਕੀ ਹੈ
ਪਨੀਰ ਮੈਂ ਮੋਟਾ ਹੀ ਨਹੀਂ ਹੈ, ਬਿਲਕੁਲ ਸਵਾਲ ਹੀ ਨਹੀਂ ਪੈਦਾ ਹੁੰਦਾ। ਕੀ ਸਹੀ ਨਹੀਂ ਹੈਗਾ ਇਹ ਚ? ਮਤਲਬ ਨਿਕਲਦਾ ਪਿਆ ਬਾਹਰ। ਮੰਮੀ ਹੁਣ ਕੱਟ ਕੇ ਲਿਆਇਆ ਮੈਂ, ਅੱਧਾ ਖਾਦਾ ਮੈਂ, ਉਹ ਕਹਿੰਦਾ ਪਿਆ ਟੇਸਟ ਓਕੇ ਹੈ। ਨਾ ਨਾ ਟੇਸਟ ਕਰੋ ਇੱਕ ਮਿੰਟ ਥੋੜਾ ਜਿਹਾ। ਮੰਮੀ ਕਹਿੰਦੇ ਓਕੇ ਬਣੇ ਪੂਰਾ। ਹਾਂ ਹੁਣ ਫਟਾਫਟ ਭਾਈ ਮੈਂ ਪਹਿਲਾਂ ਸਮੋਸੇ ਫਰਾਈ ਕਰਾਂਗੇ, ਬਾਕੀ ਸਮਾਨ ਤੋਂ ਬਾਅਦ ਫਰਾਈ ਕਰਾਂਗੇ, ਠੀਕ ਹੈ? ਸੋ ਗਾਇਸ ਹੁਣ ਆਪਾਂ ਸਮੋਸੇ ਤਿਆਰੀ ਕਰ ਲਈ, ਫਿਰ ਤੁਹਾਨੂੰ ਮਿਲਦੇ ਹਾਂ। ਸੋ ਗਾਇਸ ਹੁਣ ਮੈਂ ਅੰਦਰ ਟੇਸਟ ਵਗੈਰਾ ਕਰਾਤਾ ਸੀ, ਤਾਂ ਹੁਣ ਆਪਾਂ ਕੀ ਕਰਨ ਲੱਗੇ ਹਾਂ ਭਾਈ? ਸਮੋਸੇ ਬਣਾਉਂਦੇ ਭਾਈ ਸ਼ੇਪ, ਇੱਕ ਮਿੰਟ ਦੱਸ ਦਿਓ ਕਿੱਦਾਂ ਬਣਾਉਣੀਆਂ ਯਾਰ? ਬਣਾ ਲਓ, ਚਲੋ ਬਣਾ ਲਓ। ਉਹ ਏਦਾਂ ਸਮੋਸੇ, ਇੱਕ ਸਮੋਸਾ ਆਪਾਂ ਬਣਾਇਆ, ਤੁਸੀਂ ਦੇਖ ਸਕਦੇ ਹੋ ਕਿਆ ਪਿਆਰਾ ਪਿਆਰਾ ਸਮੋਸਾ ਬਣਿਆ ਯਾਰ। ਛੋਟੇ ਦੀ ਲੋੜ ਆ ਬਾਈ, ਵੱਡੇ ਕਿਹਨੇ ਲਾਣੇ ਆ, ਠੀਕ ਹੈ? ਇਹ ਸਮਾਨ ਇਹ ਪਿਆ, ਹੁਣ ਮੈਂ ਬਣਾ ਲੱਗਾ ਬ੍ਰੈਡ ਪਕੌੜੇ, ਫਿਰ ਹੁਣ ਫਟਾਫਟ ਸਮਾਨ ਰੈਡੀ ਕਰੀਏ, ਤੇ ਤੁਹਾਨੂੰ ਮਿਲਦਾ, ਤੁਸੀਂ ਟਾਈਮ ਲੱਗ ਦੇਖੋ ਨਹੀਂ। ਇੱਕ ਵਾਰੀ ਸਿੱਖ ਲਓ ਕਿ ਬਣਾਉਂਦੇ ਕਿੱਦਾਂ ਸਮੋਸਾ, ਤੇ ਪਹਿਲਾਂ ਤਾਂ ਕੱਟ ਮਾਰ ਦੇਣਾ ਇਹਨੂੰ ਬੇਲ ਕੇ, ਬੇਲਣ ਤੋਂ ਬਾਅਦ ਹੱਥ ਚ ਨਹੀਂ ਕਰ ਸਕਦੇ ਨਾ, ਇੱਥੇ ਇਹਨੂੰ ਇੱਦਾਂ ਕਰ ਲਓ। ਅੱਛਾ, ਇਹਨੂੰ ਇੱਥੇ ਇੱਦਾਂ ਕਰ ਲਓ, ਠੀਕ ਹੈ? ਇੱਦਾਂ ਕਰਨ ਤੋਂ ਬਾਅਦ ਭਾਈ ਇਹਨੂੰ ਚੱਕ ਲਓ, ਚੱਕ ਲਿਆ ਭਾਈ, ਇੱਦਾਂ ਫੜੋ ਹੱਥ ਚ, ਠੀਕ ਹੈ? ਇੱਦਾਂ ਖੋਲ ਲਓ, ਖੋਲਣ ਤੋਂ ਬਾਅਦ ਕੁਛ ਨਹੀਂ ਕਰਨਾ, ਐਚੋ ਨੋਰਮਲੀ ਸਮਾਨ ਜਿਹੜਾ ਦਾ ਹੈਗਾ ਉਹ ਭਰ ਦਿਓ। ਭਰਨ ਤੋਂ ਬਾਅਦ ਕੀ ਕਰਨਾ? ਤੇਲ ਚ ਪਾਓ ਤੇ ਖਾ ਲਓ, ਟਾਈਮ ਨਾਲ ਦੇਖੋ ਤੁਸੀਂ। ਸਮਾਨ ਤੇ ਇੱਥੇ ਰੈਡੀ ਹੋਣ ਲੱਗ, ਤੁਸੀਂ ਦੇਖ ਸਕਦੇ ਸਮੋਸੇ ਬਣ ਰਹੇ ਆ, ਇੱਥੇ ਚਾਹ ਬਣ ਰਹੀ ਆ, ਪਨੀਰ ਦੇ ਪਕੌੜੇ ਤੇ ਬ੍ਰੈਡ ਦੇ ਪਕੌੜੇ ਰੈਡੀ ਹੋ ਚੁੱਕੇ ਆ, ਤੇ ਐਚ ਹੁਣ ਪਾਇਆ ਆਪਾਂ ਕੱਲਾ ਧਨੀਆਂ ਤੇ ਹਰੀ ਮਿਰਚ, ਧਨੀਆ ਤੇ ਹਰੀ ਮਿਰਚ। ਇਹਨੂੰ ਭਾਈ ਹੁਣ ਦਹੀਂ ਚ ਮਿਕਸ ਕਰਨਾ, ਨਾ ਗਾੜਾ ਗਾੜਾ ਕਰਨਾ ਥੋੜਾ ਜਿਹਾ ਭਾਈ। ਯਾਰ ਜੇ ਤੁਸੀਂ ਸਿੰਪਲ ਖਾਣਾ ਨਾ, ਕੁਛ ਨਹੀਂ ਪਾਣਾ ਇਹਦੇ ਚ, ਕੱਲੇ ਧਨੀਏ ਦੇ ਪਿਛਲੇ ਡੰਡਲ ਹੁੰਦੇ ਨਾ ਸਾਫ ਕਰਕੇ, ਵਿਚਕਾਰੋਂ ਪੱਤੇ ਭਾਵੇਂ ਨਾ ਪਾਓ, ਪਿੱਛੇ ਡੰਡਲ ਡੁੰਡਲ ਪਾ ਕੇ ਮਿਕਸ ਚ ਇਹਨੂੰ ਚੰਗੀ ਤਰ੍ਹਾਂ ਗ੍ਰੈਂਡ ਕਰਕੇ, ਉਸ ਤੋਂ ਬਾਅਦ ਦਹੀਂ ਫੈਂਟ ਕੇ ਦਹੀਂ ਦੇ ਵਿੱਚ ਮਿਕਸ ਕਰੋ, ਵਾਈਟ ਨਮਕ ਪਾਓ, ਚਟਨੀ ਮੈਂ ਤਾਂ ਤੁਸੀਂ ਓਕੇ ਵੈਸੇ ਵੈਸੇ ਤੁਸੀਂ ਰੈਸਿਪੀ ਸੁਣੀ ਨਾ, ਤੂੰ ਬਣਾ ਕੇ ਟਰਾਈ ਕਰੋ, ਤੇ ਹੁਣ ਮੈਂ ਵੀ ਪਨੀਰ ਦੇ ਪਕੌੜੇ ਫਟਾਫਟ ਬਣਾ ਲਾ, ਜੋ ਸਾਰਾ ਹੁਣ ਰੈਡੀ ਹੋ ਜਾਂਦਾ ਨਾ ਫਿਰ ਤੁਹਾਨੂੰ ਮਿਲਦੇ ਆ। ਸੋ ਗਾਇਸ ਮੇਰੇ ਫਾਈਨਲੀ ਸਮੋਸੇ, ਪਨੀਰ ਦੇ ਪਕੌੜੇ ਤੇ ਉਹਨੂੰ ਕੀ ਕਹਿੰਦੇ ਸੀ ਬ੍ਰੈਡ ਪਕੌੜਾ, ਸੋ ਬਣ ਕੇ ਤਿਆਰ ਹੋ ਚੁੱਕਿਆ। ਸੋ ਮੰਮੀ ਤੇ ਨਾਨੀ ਮੰਮਾ ਨੇ ਆਕਰਮਣ ਵੀ ਕਰਤੇ ਦਾ, ਨਾਨੀ ਮੰਮਾ ਕਿੱਦਾਂ ਦੇ ਬਣੇ ਆ? ਬਹੁਤ ਟੇਸਟੀ ਮੰਮਾ, ਅਲਟੀਮੇਟ ਬੁਬੂ, ਓਕੇ ਭਾਬੀ, ਅਰੇ ਵਾਹ ਵਾਹ ਵਾਹ। ਸੋ ਗਾਇਸ ਮੈਂ ਤਾਂ ਤੁਹਾਨੂੰ ਬਸ ਹੁਣ ਇੰਨਾ ਹੀ ਕਹਾਂਗਾ ਕਿ ਆਪਣੀ ਆਪਣੀ ਫੈਮਿਲੀ ਨੂੰ ਬਣਾ ਕੇ ਖਵਾਓ, ਤੇ ਉਹਨਾਂ ਨੂੰ ਖੁਸ਼ ਕਰੋ, ਉਹਨਾਂ ਨੂੰ ਵੀ ਦੱਸੋ ਕਿ ਮੇਰੇ ਬੱਚਾ ਮੁੰਡਾ ਜਾਂ ਕੁੜੀ ਕੁਛ ਨਾ ਕੁਛ ਕਰ ਸਕਦੇ ਮੇਰੇ ਲਈ। ਪਰ ਕਿਚਨ ਸਾਫ ਕਰ ਲਿਓ, ਕਿਚਨ ਸਾਫ ਨਹੀਂ ਕੀਤੀ ਬਹੁਤ ਗੱਲ ਮਿਲਦੀ ਹੈ, ਠੀਕ ਹੈ? ਤੇ ਆਪਣੀ ਆਪਣੀ ਮਿਹਨਤ ਕਰੋ ਤੇ ਆਪਣੇ ਘਰਦਿਆਂ ਨੂੰ ਖਵਾਓ। ਸੋ ਤੁਸੀਂ ਦੇਖ ਸਕਦੇ ਹੋ ਇਹ ਸਰ ਲੋਡ ਅੰਚੂ ਕਿਚਨ ਕਦੋਂ ਖੋਲ ਰਿਹਾ? ਬਸ ਲੋਡ ਅੰਚੂ ਹੁਣ ਥੋੜੇ ਦਿਨਾਂ ਦੇ ਵਿੱਚ ਕਿਚਨ ਖੋਲਣ ਲੱਗਾ, ਤੇ ਤੁਸੀਂ ਜਦੋਂ ਭਈ ਚੈਨਲ ਤੇ ਦੇਖਿਆ ਹੋਣਾ ਪੈਸੇ ਦੀ ਗੱਲ ਹੋ ਗਈ ਹੈ, ਜਿੱਦਾਂ ਮੈਨੂੰ ਪੈਸੇ ਮਿਲ ਜਾਂਦੇ ਆ, ਫਿਰ ਅੱਗੇ ਮੈਂ ਤੁਹਾਨੂੰ ਦੱਸਦਾ ਕੀ ਕਰਨਾ, ਤੁਹਾਨੂੰ ਕਿਚਨ ਦਾ ਨਾਮ ਵੀ ਦੱਸ ਦਾਂਗਾ। ਚਟਨੀ, ਆਹ ਚਟਨੀ ਵੀ ਦੇ ਸਕਦੇ, ਇਹ ਹੈਗੀ ਹੈ ਉਹ ਵਾਲੀ ਇਮਲੀ ਵਾਲੀ ਚਟਨੀ, ਉਹ ਹੈਗੀ ਪੁਦੀਨਾ ਚਟਨੀ, ਇਮਲੀ ਮਜ਼ੇਦਾਰ ਮਜ਼ੇਦਾਰ, ਬਹਿ ਜਾ ਬਹਿ ਜਾ, ਦੁੱਧ ਭਾਬੀ ਨੂੰ ਦੁੱਧ ਦੋ ਯਾਰ। ਸੋ ਹੁਣ ਆਪਾਂ ਫਟਾਫਟ ਖਾ ਲਈਏ, ਅਗਰ ਤੁਹਾਨੂੰ ਇਹ ਵਲੋਗ ਦੇਖਣ ਮਜ਼ਾ ਆਇਆ ਤਾਂ ਲਾਈਕ ਕਰਨਾ ਚਾਹੀਦਾ, ਚੈਨਲ ਸਬਸਕ੍ਰਾਈਬ ਕਰ ਲਿਓ। ਮਿਲਦੇ ਤੁਹਾਨੂੰ ਨਵੇਂ ਵਲੋਗ ਦੇ ਵਿੱਚ ਨਵੀਂ ਰੈਸਿਪੀ ਦੇ ਨਾਲ, ਬਾਏ ਬਾਏ, ਟੇਕ ਕੇਅਰ। ਨਾਲੇ ਘੁੱਟ ਚਾਹ ਦਾ, ਨਾਲੇ ਘੁੱਟ ਚਾਹ ਦਾ, ਚਾਹ ਕਿੱਦਾਂ ਦੀ ਬਣੀ ਹੈ? ਚਾਹ ਵੀ ਮੈਂ ਬਣਾਈ ਹੈ, ਹਰ ਚੀਜ਼ ਓਕੇ ਬਣੀ ਹੈ। ਸੋ ਥੈਂਕ ਯੂ ਸੋ ਮਚ ਗਾਇਸ, ਥੈਂਕ ਯੂ ਸੋ ਮਚ, ਤੇ ਫਟਾਫਟ ਮੇਰੇ ਘਰ ਦੇ ਉਹਨੂੰ ਰੈਸਪੀ ਬਣਾ ਕੋ, ਤੇ ਮਿਲਦਾ ਨਵੇਂ ਵਲੋਗ ਦੇ। ਬਾਏ ਬਾਏ।